ਸੋ ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਤੁਸੀਂ ਠੀਕ ਹੋਗੇ। ਮੇਰਾ ਸਮੀਰ ਪਸਾਈਪ੍ਰੈਸ ਦੀ ਇਨਫੋਰਮੇਸ਼ਨ ਹੈ, ਲਾਈਫ ਸਟਾਰ ਹੈ ਬਲੌਗ ਬਾਈ ਦਾ। ਅਤੇ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਇੱਕ ਹੋਰ ਨਵਾਂ ਬਲੌਗ। ਤਾਂ ਦੱਸ ਦੇ ਕਿ ਆਪਾਂ 30 ਦਿਨ ਡਿਲੀਵਰੀਆਂ ਦਾ ਚੈਲੰਜ ਕੀਤਾ ਹੋਇਆ, ਅਤੇ ਅੱਜ ਹੈਗਾ ਆਪਣਾ 7ਵਾਂ ਦਿਨ। ਤਾਂ ਆਪਾਂ ਨੂੰ ਨਾਲ ਹੀ ਪੈ ਚੁੱਕਾ ਹੈ ਔਡਰ ਪਿਛਲੇ ਰੈਸਟੋਰੈਂਟ 'ਤੇ। ਅਤੇ ਅੱਜ ਦੀ ਆਪਣੀ ਸ਼ਿਫਟ ਹੈਗੀ ਪੂਰੇ 3.5 ਘੰਟੇ ਦੀ, ਜੋ ਕਿ ਸਟਾਰਟ ਹੋ ਗਈ ਆ ਨਾਉ। ਤਾਂ ਇਹ ਆਪਣਾ ਪਹਿਲਾ ਔਡਰ ਆ। ਤਾਂ ਨਵੇਂ ਦੇਖਣ ਵਾਲੇ ਵੀਡੀਓ ਚੈਨਲ ਨੂੰ ਜ਼ਰੂਰ ਲਾਈਕ ਕਰੋ ਅਤੇ ਸਬਸਕ੍ਰਾਈਬ ਵੀ ਕਰੋ। ਤਾਂ ਚਲੋ ਆਜੋ ਔਡਰ ਚੱਕਣ ਚੱਲਦੇ ਹਾਂ। ਇਸ ਪਹਿਲਾ ਔਡਰ ਚੱਕ ਲਿਆ, ਜੋ ਕਿ ਆਪਾਂ ਚੱਕਿਆ ਹੋਮ ਮੇਡ ਲੂੰਗੀ ਪਾਸਤਾ ਤੋਂ। ਠੀਕ ਆ, ਅੰਦਰ ਜਾ ਕੇ ਔਡਰ ਚੱਕਿਆ, ਅਤੇ ਇੱਥੇ ਕੋਈ ਆਉਂਦਾ ਹੁੰਦਾ ਕਸਟਮਰ ਤਾਂ ਆਉਂਦਾ ਨਹੀਂ ਹੈਗਾ। ਐਂਈ ਔਡਰ ਹੀ ਜ਼ਿਆਦਾ ਪੈਂਦੇ ਨੇ ਇੱਥੋਂ, ਟੇਕ ਵੀ ਜਾਂਦੇ ਨੇ, ਤਾਂ ਔਡਰ ਇੱਥੋਂ ਲੈ ਕੇ ਨਹੀਂ ਜਾਂਦਾ। ਅਤੇ ਇੱਥੇ ਆਪਾਂ ਸਕੂਟਰੀ ਲਾਈ ਆ, ਤਾਂ ਅੱਜ ਸ਼ੁੱਕਰਵਾਰ ਆ, ਕੰਮ ਵੀ ਜ਼ਿਆਦਾ ਹੋਣਾ। ਅਤੇ ਤਾਪਮਾਨ ਦੀ ਅਗਰ ਗੱਲ ਕਰੀਏ, ਤਾਂ ਅੱਜ ਤਾਪਮਾਨ ਹੈਗਾ ਆ ਪੂਰੇ 35 ਡਿਗਰੀ। ਤਾਂ ਵੱਧ ਵੀ ਸਕਦਾ ਆ, ਘਟਣ ਦੀ ਤਾਂ ਕੋਈ ਉਮੀਦ ਹੈ ਨਹੀਂ ਗੀ। ਤਾਂ ਟਾਈਮ ਨਹੀਂ ਖਰਾਬ ਕਰਦੇ, ਆਪਾਂ ਔਡਰ ਲੈ ਕੇ ਚੱਲਦੇ ਹਾਂ ਪਹਿਲਾਂ ਆਡਰ। ਹੈਲੋ ਗਾਇਜ਼, ਆਪਾਂ ਬਿਲਡਿੰਗ 'ਚ ਔਡਰ ਦੇਣ ਆਏ ਸੀ, ਜੋ ਪਹਿਲਾ ਔਡਰ ਆਪਣਾ ਡਨ ਹੋ ਗਿਆ ਆ। ਅਤੇ ਹੁਣ ਆਪਾਂ ਚੱਲੇ ਹਾਂ ਬਿਲਡਿੰਗ 'ਚੋਂ ਬਾਹਰ। ਤਾਂ ਇਹ ਬਿਲਡਿੰਗ ਮੈਨੂੰ ਮਸੀਂ ਲੱਭੀ ਆ। ਤਾਂ ਚੈੱਕ ਕਰੋ ਇੱਥੇ ਬਿਲਡਿੰਗਾਂ ਦੇ ਦਰਵਾਜ਼ੇ ਕਿੱਦਾਂ ਦੇ, ਨਿੱਕੇ ਨਿੱਕੇ ਦਰਵਾਜ਼ੇ। ਤਾਂ ਸਕੂਟਰੀ ਮੈਂ ਉਹ ਪਰੇ ਲਾਈ ਹੋਈ ਆ, ਕਿਉਂਕਿ ਪਹਿਲਾਂ ਬਿਲਡਿੰਗ ਦੀ ਲੋਕੇਸ਼ਨ ਹੋਰ ਦਿਖਾਉਣੀ ਸੀਗੇ, ਤਾਂ ਇਸ ਕਰਕੇ ਮੈਂ ਸਕੂਟਰੀ ਉਹ ਪਰੇ ਲਾਤੀ ਆ। ਤਾਂ ਬਿਲਡਿੰਗ ਸੀਗੀ ਪਿਛਲੀ, ਤਾਂ ਪਹਿਲਾਂ ਮੈਂ ਰੋਂਗ ਬਿਲਡਿੰਗ 'ਚ ਵੜ ਗਿਆ ਹੈਗਾ। ਹਾਂ, ਸਕੂਟਰੀ ਪਰੇ ਲਾ ਕੇ ਮੈਂ ਤੁਰ ਕੇ ਬਿਲਡਿੰਗ ਲੱਭਾ ਲਾਪਿਆ, ਤਾਂ ਕਈ ਵਾਰ ਇੱਦਾਂ ਵੀ ਹੋ ਜਾਂਦਾ ਆ। ਸੋ ਪਹਿਲਾ ਔਡਰ ਸੀ, ਤਾਂ ਪਹਿਲੇ ਔਡਰ 'ਚ ਇੱਦਾਂ ਗਲਤ ਲੋਕੇਸ਼ਨ ਮਿਲ ਗਈ। ਸੋ ਇਹ ਤਾਂ ਹੁਣ ਤੁਹਾਡੀ ਸੈਂਸ ਆਫ ਹਿਊਮਰ ਚਾਹੀਦਾ ਵੀ ਤੁਸੀਂ ਕੇਸ ਅਕੋਰਡਿੰਗ ਕਰਦੇ ਆ। ਜੇ ਬੰਦਾ ਜ਼ਿਆਦਾ ਉਲਝ ਜਾਂਦਾ ਫੇਰ ਨਹੀਂ ਛੇਤੀ ਬਿਲਡਿੰਗ ਲੱਭਦੀ, ਅਗਰ ਤੁਸੀਂ ਪੀਸ ਮਾਈਂਡ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਬਿਲਡਿੰਗ ਛੇਤੀ ਲੱਭ ਜਾਂਦੀਆਂ ਨੇ। ਠੀਕ ਆ, ਤਾਂ ਇਹ ਤੁਹਾਨੂੰ ਖੁਦ ਦੇਖਣੇ ਪੈਣਾ ਆ, ਤਾਂ ਇੰਨੀ ਕੁ ਗਾਈਡੈਂਸ ਤਾਂ ਤੁਹਾਨੂੰ ਖੁਦ ਹੀ ਲੈਣੇ ਪੈਣੀ ਆ ਵੀ ਬਿਲਡਿੰਗ ਕਿਵੇਂ ਲੱਭਣੀਆਂ ਨੇ। ਤਾਂ ਚਲੋ ਆਪਾਂ ਸਕੂਟਰੀ ਚੱਕਦੇ ਹਾਂ, ਆ ਖੜੀ ਆਪਣੀ ਸਕੂਟਰੀ। ਤਾਂ ਨਾਲ ਲੱਗਦਾ ਆਪਾਂ ਨੂੰ ਅਗਲਾ ਔਡਰ ਵੀ ਪੈ ਗਿਆ, ਤਾਂ ਹੁਣ ਆਪਾਂ ਉਹ ਲੈਣ ਚੱਲਦੇ ਹਾਂ। ਆ ਜਾਓ। ਸੋ ਲੋ ਗਾਇਜ਼, ਆਪਾਂ ਨੂੰ ਪੈ ਚੁੱਕਾ ਪਾਸਤਾ ਸਤਰਾਦਾ ਦਾ ਔਡਰ। ਇਹ ਤੁਹਾਨੂੰ ਪਹਿਲਾਂ ਵੀ ਬੜੀ ਵਾਰ ਦਿਖਾ ਚੁੱਕਾ ਆ ਲੋਕੇਸ਼ਨ 'ਤੇ, ਇੱਕ ਬਾਈ ਹੋਰ ਔਡਰ ਚੱਕ ਲੈ ਗਿਆ, ਤਾਂ ਆਪਾਂ ਵੀ ਔਡਰ ਚੱਕਣ ਚੱਲਦੇ ਹਾਂ। ਅਤੇ ਆਪਣੇ ਔਡਰ ਦਾ ਨੰਬਰ ਹੈਗਾ 6-1-4। ਤਾਂ ਇਹ ਨੰਬਰ ਆਪਾਂ ਅੰਦਰ ਜਾ ਕੇ ਬੋਲਣਾ 6-1-4, ਅਤੇ ਅਗਲੇ ਨੇ ਆਪਾਂ ਨੂੰ ਔਡਰ ਦੇ ਦੇਣਾ ਆ। ਤਾਂ ਆ ਜਾਓ, ਚੱਕਣ ਚੱਲਦੇ ਹਾਂ ਅੰਦਰ। ਸੋ ਲੋ ਗਾਇਜ਼, ਮੈਂ ਮੈਡਮ ਨੂੰ ਕਿਹਾ 6-1-4, ਅਤੇ ਕਹਿੰਦੀ ਚੱਕ ਲਾ ਔਡਰ ਹੋ ਜਾ ਫਰਾਰ। ਅਤੇ ਆਪਾਂ ਵੀ ਔਡਰ ਚੱਕ ਲਿਆ ਅਤੇ ਰੱਖ ਲੈਣਾ ਇਹਨੂੰ ਵਿੱਚ, ਆਪਾਂ ਆਪਣੀ ਕਾਰ ਅਤੇ ਪਿੱਛੇ ਜਾ ਜਾਣਾ। ਹਾਂ, ਮੋਹਰੇ ਰੱਖਣ ਦੀ ਲੋੜ ਨਹੀਂ ਪੈਣੀ ਹੈਗੀ, ਪਿੱਛੇ ਔਡਰ ਰੱਖ ਲੈਣਾ। ਹਾਂ, ਉਹ ਵੀ ਰੱਖ ਲਿਆ ਔਡਰ ਦੂਜਾ ਪਿੱਛੇ, ਅਤੇ ਇਹ ਵੀ ਕਿ ਇੱਕ ਬਿਲਡਿੰਗ 'ਚ ਦੇਣਾ, ਉੱਥੇ ਬੜੇ ਔਡਰ ਆਪਾਂ ਡਿਲੀਵਰ ਕੀਤੇ ਆ, ਤਾਂ ਉੱਥੇ ਦੇਣਾ। ਅਤੇ ਚੱਕ ਲਾ ਔਡਰ, ਚਲੋ ਦੇਣ ਚੱਲਦੇ ਹਾਂ। ਗਾਇਜ਼, ਆਪਣਾ ਔਡਰ ਪਹੁੰਚ ਚੁੱਕਾ ਆਪਣੀ ਲੋਕੇਸ਼ਨ 'ਤੇ ਜਿੱਥੇ ਉਹਨੂੰ ਆਉਣਾ ਚਾਹੀਦਾ ਸੀ। ਹੁਣ ਆਪ ਤਾਂ ਤੁਰ ਕੇ ਨਹੀਂ ਆ ਸਕਦਾ ਸੀ, ਵੈਸੇ ਇੱਦਾਂ ਹੀ ਹੋਣੇ ਚਾਹੀਦੇ, ਲਿਫਾਫੇ ਨੂੰ ਲੱਤਾਂ ਲਵਾ ਦੇਣੀਆਂ ਚਾਹੀਦੀਆਂ ਵੀ ਆਪ ਹੀ ਤੁਰ ਕੇ ਆ ਜਾਵੇ ਲਿਫਾਫਾ। ਐਵੇਂ ਇਹ ਲੋਕ ਦੇਖੋ ਕਿੰਨੇ ਢਿੱਲੇ ਨੇ, ਵਾਹ ਵੀ ਵਾਹ, ਦੇਖੇ ਸਵਾਗਤ ਕਾ ਆਉਂਦੇ ਹੀ ਲਾਈਟਾਂ ਜਾਗ ਗਈਆਂ। ਅਤੇ ਹੁਣ ਆਪਾਂ ਲੈਫਟ 'ਚ, ਲੈਫਟਾਂ ਵਾਲਾ ਕੰਮ ਬੜਾ ਵਾ ਕਿ ਸਹੀ ਕੀਤਾ ਵੀ ਲੱਤਾਂ ਨਹੀਂ ਦੁਖਦੀਆਂ। ਅਤੇ ਆਪਾਂ ਜਾਣਾ ਚੌਥੇ ਫਲੋਰ 'ਤੇ, ਤਾਂ ਚੌਥੇ ਫਲੋਰ ਦਾ ਮਤਲਬ ਲੱਭਦਾ ਹੈ। ਤਾਂ ਚਲੋ ਲੈਫਟ 'ਚ ਵੜਦੇ, ਨੈਗੇਟਿਵ ਵਾਈਬ ਵੀ ਆਉਂਦੀ ਜੇ ਲੈਫਟ ਬੰਦ ਹੋ ਗਈ ਫੇਰ ਕੀ ਕਰੂੰਗਾ ਵਿੱਚ ਹੀ। ਪਰ ਕਈ ਵਾਰੀ ਕਾਲੀ ਜਵਾਨ ਹੁੰਦੀ ਤਾਂ ਸੋਚਣਾ ਨਹੀਂ ਚਾਹੀਦਾ। ਉੱਪਰ ਪਹੁੰਚਣ ਲੱਗੇ ਹਾਂ ਆਪਾਂ, ਇੱਕ ਵਾਰੀ ਇੱਦਾਂ ਹੀ ਮੇਰੇ ਦੋਸਤ ਨਾਲ ਹੋਈ ਗਿਆ, ਬਾਰੇ ਰੱਬ ਸ਼ੁਕਰ ਕਰੇ ਆਪਣੇ ਨਾਲ ਨਾ ਹੋਵੇ। ਹੈਂ, ਚੌਥੇ ਫਲੋਰ 'ਤੇ ਪਹੁੰਚ ਵੀ ਗਏ, ਵਾਹ ਵੀ ਵਾਹ, ਬੜੀ ਛੇਤੀ ਪਹੁੰਚੇ। ਤਾਂ ਇੱਥੇ ਔਡਰ ਦੇਣਾ, ਚਲੋ ਔਡਰ ਦੇ ਦੀ। ਸੋ ਲੋ ਬਈ, ਆਪਾਂ ਯਾਇਆ ਬੇਕਰੀ ਤੋਂ ਔਡਰ ਚੱਕ ਲਿਆ। ਤਾਂ ਯਾਇਆ ਦਾ ਮਤਲਬ ਗ੍ਰੀਕ 'ਚ ਹੁੰਦਾ ਦਾਦੀ, ਤਾਂ ਦਾਦੀ ਬੇਕਰੀ ਤੋਂ ਆਪਾਂ ਔਡਰ ਚੱਕ ਲਿਆ। ਅਤੇ ਇਹਦਾ ਮਤਲਬ ਵੀ ਬਹੁਤ ਪੁਰਾਣੀ ਦਾਦੀ ਦੇ ਹੱਥ ਦਾ ਬਣਿਆ ਸਵਾਦਿਸ਼ ਖਾਣਾ। ਠੀਕ ਆ, ਆਪਾਂ ਦਾਦੀ ਦੇ ਹੱਥ ਦਾ ਖਾਣਾ ਚੱਕ ਲਿਆ, ਅਤੇ ਦਾਦੀ ਦੇ ਹੱਥ ਦਾ ਖਾਣਾ ਆਪਾਂ ਦੇਣ ਜਾਣਾ ਆ 11 ਮਿੰਟ ਦੂਰ। ਠੀਕ ਆ, ਕਿਲੋਮੀਟਰ ਹਲੇ ਆਪਾਂ ਨੂੰ ਪਤਾ ਨਹੀਂ, ਆਪਾਂ ਮੈਪ ਨਹੀਂ ਖੋਲਿਆ, ਤਾਂ ਤੁਹਾਨੂੰ ਉੱਥੇ ਜਾ ਕੇ ਦਿਖਾਉਣੇ ਕਿੰਨੇ ਕਿਲੋਮੀਟਰ ਆਏ ਆ ਜੀ। ਸੋ ਲੋ ਗਾਇਜ਼, ਆਪਾਂ ਕਰ ਦਿੱਤਾ ਔਡਰ ਡਨ। ਠੀਕ ਆ, ਕਿਨਵਾਂ ਔਡਰ ਸੀ ਇਹ, ਮੈਨੂੰ ਯਾਦ ਭੁੱਲ ਗਿਆ, ਚੈੱਕ ਕਰ ਲੈਂਦਾ। ਇਹ ਸੀਗਾ ਆਪਣਾ 3ਜਾ ਔਡਰ ਸੀਗਾ।
ਠੀਕ ਹੈ, ਗ੍ਰੈਂਡ ਮਦਰ ਜੋ ਵੀ ਆਪਾਂ ਜਾਇਆ ਦਾਦੀ ਵਾਲੀ ਤੋਂ ਚੱਕਿਆ ਆ, ਤਾਂ ਆਪਾਂ ਨੂੰ ਨਾਲ ਹੀ ਪੈ ਗਿਆ ਦਾ ਬਿੱਗ ਬੈਡ ਬੁਲਫ ਨਿਕੋਸ਼ੀਆ। ਦੇਖੋ ਕਿੱਦਾਂ ਦੇ ਰੈਸਟੋਰੈਂਟਾਂ ਦੇ ਨਾਮ ਨੇ, ਦਾ ਬਿੱਗ ਬੈਡ ਬੁਲਫ, ਨਵੇਂ ਦਾ ਇੱਕ ਗੰਦਾ ਭੇੜੀਆ ਨਿਕੋਸ਼ੀਆ 'ਚ। ਕਿੱਦਾਂ ਭਾਵੇਂ ਤੁਸੀਂ ਨਾਂ ਤਾਂ ਚੰਗਾ ਰੱਖ ਦਿਓ, ਦਾ ਗੰਦਾ ਭੇੜੀਆ ਨਿਕੋਸ਼ੀਆ ਪੰਜਾਬੀ 'ਚ ਜੇ ਆਪਾਂ ਸੋਚਦੇ ਹਾਂ ਤਾਂ। ਨਹੀਂ ਦੇਰੀ ਕਰਦੇ, ਆਪਾਂ ਚੌਥਾ ਔਡਰ ਚੱਕਣ ਚੱਲਦੇ ਹਾਂ। ਆ ਜਾਓ, ਪਾ ਚੁੱਕੇ ਹਾਂ ਬਿੱਗ ਬੈਡ ਬੁਲਫ ਦੇ ਔਡਰ ਚੱਕਣ, ਤਾਂ ਔਡਰ ਤਾਂ ਮੇਰਾ ਰੈਡੀ ਪਿਆ। ਸਪੈਸ਼ਲ ਪੋਸਟਰ ਕੋਲ ਆਇਆ, ਚੈੱਕ ਕਰੋ ਭੇੜੀਆ ਕਿੱਦਾਂ ਦਾ ਬਣਾਇਆ ਹੋਇਆ। ਆ ਲੈ ਭੇੜੀਆ, ਕਿੱਧਰੋਂ ਲੱਗਦਾ ਦੋਗਲਾ ਭੇੜੀਆ ਲੱਗਦਾ ਹੈ, ਮਗਰਮੱਛ ਦਾ ਮੂੰਹ ਲਾਇਆ ਹੋਇਆ, ਬੋੜੀ ਡੂੰਬੜੀ ਦੀ ਲਾਈ ਹੋਈ ਆ। ਚੈੱਕ ਕਰੋ ਕਿੱਦਾਂ ਦਾ ਭੇੜੀਆ ਮੰਮੀ ਨੇ ਬਣਾਇਆ। ਚਲੋ ਔਡਰ ਚੱਕਦੇ ਆਪਾਂ ਅੰਦਰ ਜਾ ਕੇ। ਬਈ ਮੇਰੇ ਦੋਸਤੋ, ਜਿਹੜੇ ਚੌਥੇ ਔਡਰ ਦਾ ਕੰਮ ਗਿਆ ਸੀ ਉਹ ਤੇ ਨਾਲ ਹੀ ਆਪਾਂ ਨੂੰ ਪੈ ਗਏ ਸੀ ਔਡਰ ਇਕੱਠੇ ਦੋ, ਤੇ ਜੋ ਕਿ ਚੱਕਣ ਕੁੱਕੜ ਕੁੱਕੜ ਵਾਲੇ ਕਿਸੇ ਸਵਲਾਕੀ ਸ਼ੋਪ ਤੋਂ, ਮਤਲਬ ਚਿਕਨ ਵਾਲੀ ਸ਼ੋਪ ਤੋਂ। ਤੇ ਮੁਰਗਾ ਬਣਿਆ ਦੇਖ ਕੇ ਨਹੀਂ ਵੀ, ਇੱਥੇ ਮੁਰਗਾ ਕਸਾਈ ਦੀ ਦੁਕਾਨ ਆ, ਇੱਥੇ ਮਤਲਬ ਕਿ ਮੁਰਗੇ ਭੁੱਜੇ ਮਿਲਦੇ ਨੇ ਭੁੰਨ ਕੇ, ਤਾਂ ਦੋ ਔਡਰ ਇਕੱਠੇ ਨੇ। ਦੁਪਹਿਰ ਕੁ ਜੀ ਨੂੰ ਬੜਾ ਰੈਸਟੋਰੈਂਟ ਚੱਲਦਾ ਹੁੰਦਾ, ਤੇ ਚੱਕੋ ਇਹ ਔਡਰ ਆਪਾਂ ਚੱਲ ਕਰਨ ਚੱਲਦੇ ਹਾਂ। ਆ ਜਾਓ ਮੇਰੇ ਨਾਲ ਬਾਬੇ ਦਾ ਨਾਂ ਲੈ ਕੇ। ਆ ਵੀ ਜਿਹੜੇ ਦੋ ਔਡਰ ਇਕੱਠੇ ਪਏ ਸੀ ਉਹਨਾਂ ਦੋ ਮਿੰਟਾਂ 'ਚ ਕਰ ਦਿੱਤੇ ਨੇ ਰੈਡੀ, ਅਤੇ ਆਪਾਂ ਵੀ ਰੱਖਦੇ ਨੇ ਆਪਣੀ ਗੱਡੀ 'ਚ। ਇੱਕ ਤਾਂ ਦਿਨ 1.3 ਕਿਲੋਮੀਟਰ 'ਤੇ, ਜੋ ਕਿ 1:32 'ਤੇ ਹੋ ਜਾਣਾ ਡਨ, ਅਤੇ ਇਹਨਾਂ ਨੂੰ ਲੈ ਕੇ ਚੱਲਦੇ ਹਾਂ, ਫਟਾਫਟ ਕਰਦੇ ਡਿਲੀਵਰ ਅਤੇ ਡੀਕਦੇ ਅਗਲੇ ਔਡਰ ਨੂੰ। ਲਓ ਵੀ ਗਾਈਸ, ਰੱਬ ਦਾ ਨਾਂ ਲੈ ਕੇ ਅਤੇ ਆਪਾਂ ਕਰ ਚੁੱਕੇ ਨੇ 6 ਔਡਰ ਡਿਲੀਵਰ, ਤਾਂ ਹਾਲੇ 2 ਘੰਟੇ ਨੂੰ ਬਹੁਤ ਟਾਈਮ ਪਿਆ ਹੈ, 1:39 ਹੋਏ ਨੇ, ਅਤੇ 2:15 'ਤੇ ਜਾ ਕੇ ਆਪਾਂ 2 ਘੰਟੇ ਪੂਰੇ ਹੋਣੇ ਨੇ। ਜਦ ਤੱਕ ਆਪਾਂ 2 ਔਡਰ ਡਿਲੀਵਰ ਮਾਰ ਚੁੱਕੇ ਨੇ, ਅਤੇ ਕੁੜੀ ਦਾ ਤਾਂ ਸੀਗਾ ਇੰਟੀਰੀਅਰ ਡੈਟੀ ਨੇ ਜਿਹਨੂੰ ਆਪਾਂ ਔਡਰ ਕੀਤਾ। ਚੱਕੋ ਦਰਵਾਜ਼ੇ ਦੇ ਬਟਨ ਲੱਗਾ ਇੱਦਾਂ ਖੋਲਦਾ। ਲਓ ਵੀ ਆਪਾਂ ਖੋਲ ਕੇ ਦਰਵਾਜ਼ਾ ਆ ਚੁੱਕੇ ਹਾਂ ਬਾਹਰ, ਅਤੇ ਧੁੱਪੇ ਆਪਣੀ ਸਕੂਟਰੀ ਲਾਈ ਆ, ਅਤੇ ਸੀਟ ਬਾਹਲੀ ਤਪ ਗਈ ਹੋਣੀ ਆ, ਅਤੇ ਬੈਠਣ ਲੱਗੇ ਹੁਣ ਪ੍ਰੋਬਲਮ ਆਉਣੀ ਆਪਾਂ ਨੂੰ ਬਸ। ਤਾਂ ਲਓ ਵੀ ਅਗਲਾ ਔਡਰ ਪੈ ਜਾਣਾ, ਨਾਲ ਹੀ ਸ਼ੂਅ ਕਰਦਾ ਤੁਹਾਡੇ ਸਾਹਮਣੇ ਦੇਖਿਓ ਪੈਣਾ, ਬਾਹ ਪੈ ਜਾਵੇ, ਬੇਇੱਜ਼ਤੀ ਨਾ ਕਰਾਵੇ ਮੇਰੀ। ਨੈੱਟ ਸਲੋ ਆ ਗਾਈਸ, ਇਹ ਵੀ ਔਡਰ ਡਿਲੀਵਰ ਨਹੀਂ ਹੋ ਰਿਹਾ, ਤਾਂ ਹੋ ਜਾ ਭਰਾਵਾ, ਬੇਇੱਜ਼ਤੀ ਨਾ ਕਰਾ ਮੇਰੀ। ਉਹ ਗਾਇਸ, ਨੈੱਟ ਦੀ ਪ੍ਰੋਬਲਮ ਕਰਕੇ ਥੋੜ੍ਹੀ ਜਿਹੀ ਮੇਰੀ ਬੇਇੱਜ਼ਤੀ ਹੋ ਗਈ ਸੀ, ਤਾਂ ਬ੍ਰਾਈਟਨੈਸ ਵਧਾ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਵੀ ਅਗਲਾ ਔਡਰ ਨਾਲ ਹੀ ਪੈ ਗਿਆ ਆ, ਜੋ ਕਿ ਹੈਗਾ ਆ ਪੀਜ਼ਾ ਮਾਈਨ ਦਾ। ਕਿੱਥੇ ਗਿਆ ਪੀਜ਼ਾ ਮਾਈਨ, ਮਤਲਬ ਕਿ ਮੇਰਾ ਪੀਜ਼ਾ, ਐਂ ਜੇ ਕਰਕੇ ਨਾ ਕੁਛ ਨਾ ਰੱਖੇ ਨੇ, ਪੀਜ਼ੇ ਦਾ ਔਡਰ ਪੈ ਗਿਆ, ਤਾਂ ਦੇਰੀ ਨਹੀਂ ਕਰਦੇ, ਆ ਜਾਓ ਆਪਾਂ ਪੀਜ਼ੇ ਦਾ ਔਡਰ ਚੱਕਣ ਚੱਲਦੇ ਹਾਂ। ਆ ਜਾਓ ਚੁੱਕੇ ਆ ਮੇਰਾ ਪੀਜ਼ਾ ਦੇ ਔਡਰ ਚੱਕਣ, ਠੀਕ ਆ। ਤੁਸੀਂ ਜੇ ਇੰਡੀਆ ਪੀਜ਼ਾ ਮੰਗਾਉਣਾ ਕਿਤੇ ਵੀ ਆ, ਤਾਂ ਆਹ ਨੰਬਰ 'ਤੇ ਸੰਪਰਕ ਕਰੋ, ਦੇਖਦੇ ਦੇ ਕੇ ਜਾਂਦੇ ਕਿ ਨਹੀਂ ਪੀਜ਼ਾ। ਤਾਂ ਡਿਲੀਵਰੀ ਕਰਦੇ ਕਰਦੇ ਮੈਨੂੰ ਲੱਗ ਚੁੱਕੀ ਪਿਆਸ, ਸਿਹਤ ਦੇ ਵੱਲ ਧਿਆਨ ਦਿੰਦੇ ਹੋਏ ਆਪਾਂ ਉਹ ਜ਼ੋਰ ਪਾਸ ਤੋਂ ਲੈ ਕੇ ਆਉਣਾ ਪਾਣੀ ਪੀਣ ਨੂੰ, ਉੱਥੇ ਸਸਤਾ ਪੈ ਜਾਣਾ। ਸੋ ਆ ਜਾਓ ਆਪਾਂ ਨਾਲ ਕੋਲਡ ਡਰਿੰਕ ਵਗੈਰਾ ਲੈਂਦੇ ਹਾਂ, ਕਿਉਂਕਿ ਸਰੀਰ ਦੇ ਵਿੱਚ ਐਨਰਜੀ ਵੀ ਜ਼ਰੂਰੀ ਆ, ਅੱਜ ਗਰਮੀ ਜ਼ਿਆਦਾ ਆ, ਤਾਂ ਅੱਜ ਬੋਲਣਾ ਵੀ ਜ਼ਿਆਦਾ ਪੈ ਰਿਹਾ, ਸੋ ਇਸ ਕਰਕੇ ਪਾਣੀ ਦੀ ਵੀ ਜ਼ਿਆਦਾ ਜ਼ਰੂਰਤ ਆ। ਤਾਂ ਆਪਾਂ ਨਹੀਂ ਟਾਈਮ ਖਰਾਬ ਕਰਦੇ ਕਰਦੇ ਭੱਜ ਕੇ ਜ਼ੋਰ ਪਾਸ ਜਾਂਦੇ ਹਾਂ, ਉੱਥੋਂ ਪਾਣੀ ਦੀ ਬੋਤਲ ਲੈਂਦੇ ਹਾਂ ਅਤੇ ਪਾਣੀ ਪੀਂਦੇ ਹਾਂ, ਅਤੇ ਫਿਰ ਆਪਾਂ ਚੱਲਦੇ ਹਾਂ ਅੱਗੇ ਡਿਲੀਵਰੀ ਕਰਨ। ਆ ਜਾਓ ਗਾਈਸ, ਆਪਾਂ ਇੱਕ ਕੋਕ ਦੀ ਬੋਤਲ ਲਈ ਅਤੇ ਇੱਕ ਲਈ ਪਾਣੀ ਦੀ ਬੋਤਲ, ਠੀਕ ਆ। ਤਾਂ ਪਾਣੀ ਹਮੇਸ਼ਾ ਬਹਿ ਕੇ ਪੀਣਾ ਚਾਹੀਦਾ, ਤਾਂ ਮੈਂ ਇੱਥੇ ਬਾਹਰ ਇਹਨਾਂ ਦੇ ਬਹਿ ਗਿਆ ਸੀ ਪੀਜ਼ੇ, ਮੇਰੇ ਪੀਜ਼ੇ ਵਾਲਿਆਂ ਦੇ, ਤਾਂ ਇੱਥੇ ਬਹਿ ਕੇ ਹੁਣ ਆਪਾਂ ਪੀਣਾ ਪਾਣੀ, ਅਤੇ ਫਿਰ ਆਪਾਂ ਅੰਦਰ ਜਾਣਾ ਔਡਰ ਚੱਕ ਲਈਏ। ਪਾਣੀ ਸਿਹਤ ਲਈ ਜੋ ਜ਼ਰੂਰੀ ਆ, ਹਮੇਸ਼ਾ 2 ਲੀਟਰ ਪਾਣੀ ਪੀਣਾ ਚਾਹੀਦਾ ਦਿਨ 'ਚ, ਠੀਕ ਆ ਨਾ। ਤੁਸੀਂ ਵੀ ਮੇਰੀ ਵੀਡੀਓ ਦੇਖਦੇ ਦੇਖਦੇ ਪਾਣੀ ਜ਼ਰੂਰ ਪਿਓ, ਅਤੇ ਪਾਣੀ ਹਮੇਸ਼ਾ ਬਹਿ ਕੇ ਪੀਣਾ ਚਾਹੀਦਾ, ਇਹ ਡਾਟਕਰ ਕਹਿੰਦੇ ਨੇ। ਪਰ ਆਪਣੇ ਤੋਂ ਇੰਨੇ ਪੀ ਹੋਣਾ ਆ, ਕਿਉਂਕਿ ਆਪਾਂ ਇੰਨੇ 'ਚ ਫੁੱਲ ਹੋ ਚੁੱਕੇ, ਮੁੜ ਕੇ ਕੋਕ ਪੀਣ, ਅਤੇ ਜਿਹੜੇ ਸਕੂਟਰੀ 'ਤੇ ਆਪਾਂ ਡਿਲੀਵਰੀ ਕਰਦੇ ਤਾਂ ਪਾਣੀ ਤੁਹਾਨੂੰ ਘੱਟ ਹੀ ਪੀਣਾ ਚਾਹੀਦਾ, ਕਿਉਂਕਿ ਬਾਥਰੂਮ ਜੇ ਆ ਜਾਵੇ ਤਾਂ ਸਕੂਟਰੀ 'ਤੇ ਬੈਠੇ ਕੋਲ ਲੱਭਣ ਨੂੰ ਨਹੀਂ ਹੁੰਦਾ, ਵੀ ਢੱਡੀ ਤੁਖਦਾ ਰਹਿੰਦਾ, ਤਾਂ ਇਸ ਗੱਲ ਦਾ ਤੁਹਾਨੂੰ ਧਿਆਨ ਰੱਖਣੇ ਪੈਣਾ। ਅਤੇ ਵੀਰੇ, ਕਸਟਮਰ ਤਾਂ ਮੈਂ ਬਥੇਰੇ ਦੇਖੇ ਆ,
ਮਤਲਬ ਕਿ ਪਹਿਲਾ ਕੇਸ ਨਹੀਂ ਹੈਗਾ, ਇੱਦਾਂ ਦੇ ਬੜੇ ਕੇਸ ਆਏ ਨੇ, ਪਰ ਇਹ ਕੇਸ ਥੋੜਾ ਹੋਰ ਆ। ਮੇਰੇ ਪੀਜ਼ੇ ਤੋਂ ਸਿਰਫ ਕਿਸੇ ਨੇ ਜੀ ਮੰਗਾਇਆ ਸਿਰਫ ਫਰੈਂਚ ਫਰਾਈਜ਼, ਚੈੱਕ ਕਰੋ ਸਿਰਫ ਆਹੀ ਫਰੈਂਚ ਫਰਾਈਜ਼ ਇੰਨੇ ਕੀ, ਜੋ ਕਿ 7 ਕਿਲੋਮੀਟਰ 8 ਕਿਲੋਮੀਟਰ ਦੂਰ ਦੇਣ ਜਾਣੇ ਆ, 7.8 ਕਿਲੋਮੀਟਰ ਹੋ ਗਏ ਆ, ਤਾਂ ਏਡੀ ਦੂਰ ਇਕੱਲੇ ਮੈਂ ਫਰੈਂਚ ਫਰਾਈਜ਼ ਹੀ ਅੱਜ ਲੈ ਕੇ ਚੱਲਾਂ ਆ। ਦੇਖੋ ਇੰਨੇ ਮਹਾਨ ਹਸਤੀਆਂ ਵੀ ਨੇ ਇੱਥੇ। ਚੱਲ ਮੈਨੂੰ ਤਾਂ ਕੋਈ ਫਰਕ ਨਹੀਂ, ਮੈਂ ਤਾਂ ਸਿਰਫ ਡੈਲੀਵਰੀ ਲੈ ਕੇ ਜਾਣਾ, ਬਟ ਤੁਹਾਨੂੰ ਦੱਸ ਰਿਹਾ ਵੀ ਇੰਨੀ ਮਹਾਨ ਹਸਤੀ ਵੀ ਇਕੱਲੇ ਫਰੈਂਚ ਫਰਾਈਜ਼ ਖਾਣੇ, ਉਹ ਤੁਸੀਂ ਭਰਾਵਾ ਰੱਬ ਤੋਂ ਡਰੋ, ਤੁਸੀਂ ਲਾਗਿਓ ਮੰਗਾ ਲੈਂਦੇ ਏਡੀ ਦੂਰੋਂ, ਤੁਸੀਂ ਫਰੈਂਚ ਫਰਾਈਜ਼ ਸਿਰਫ ਮੰਗਾਉਣੇ ਸੀ। ਚਲੋ ਆਪਾਂ ਆਰਡਰ ਇਹੀ ਲੈ ਕੇ ਚੱਲਦੇ ਆ। ਜੋ ਗਾਈ ਜਿਹੜਾ ਫਰੈਂਚ ਫਰਾਈਜ਼ ਆਰਡਰ ਸੀਗਾ ਉਹ ਆਪਾਂ ਡਿਲੀਵਰ ਕਰਤਾ, ਅਤੇ ਗਰਮੀ ਤੁਹਾਨੂੰ ਮੇਰੇ ਮੂੰਹ 'ਤੇ ਦਿਖੀ ਰਹੀ, ਉਹ ਨਹੀਂ ਵੀ ਐਂ ਲੱਗਦਾ ਵੀ ਜਿੱਦਾਂ ਮੈਂ ਹੁਣੇ ਪਿਘਲ ਜਾਣਾ ਹੁੰਦਾ, ਅਤੇ 7 ਆਰਡਰ ਡਿਲੀਵਰ ਹੋ ਗਏ ਪੂਰੇ 2 ਘੰਟੇ 'ਚ, ਤਾਂ ਵਾਓ ਇਹ ਹੁੰਦਾ ਕੰਮ ਵਧੀਆ, ਇੱਦਾਂ ਕੰਮ ਚੱਲਦਾ ਰਹੇ, ਰੋਜ਼ ਤਾਂ ਫੇਰ ਕੰਮ ਕਰਨ ਨੂੰ ਵੀ ਦਿਲ ਕਰਦਾ। ਅਤੇ ਨਾਲ ਹੀ ਆਪਾਂ ਨੂੰ ਪੈ ਚੁੱਕੇ ਨੇ 2 ਆਰਡਰ ਇਕੱਠੇ, ਤਾਂ ਜੋ ਕਿ ਲਾਕਾ ਤਾਂ ਮੈਚ ਦੇਣੇ, ਅਤੇ ਦੱਸ ਦਈਏ ਅਨਦਰ ਸਿਟੀ ਆ ਜਿੱਥੇ ਮੇਰੀ ਸ਼ਾਮ ਦੀ ਸ਼ਿਫਟ ਹੁੰਦੀ ਹੈ, ਤਾਂ ਇਹ ਹੋਰ ਏਰੀਆ ਆ ਜਾਂਦਾ, ਇਹ ਸੈਂਟਰ ਤੋਂ ਬਾਹਰ ਆ ਜਾਂਦਾ, ਤਾਂ ਇਹਦੀ ਵੱਖਰੀਆਂ ਸ਼ਿਫਟਾਂ ਮਿਲਦੀਆਂ ਨੇ ਇਸ ਏਰੀਏ ਦੀਆਂ, ਤਾਂ ਇਸ ਏਰੀਏ ਦੀ ਸ਼ਾਮ ਨੂੰ, ਬਟ ਇੱਥੇ ਕੰਮ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਮੈਨੂੰ ਉੱਧਰੋਂ ਇੱਧਰ ਘੱਲਤਾ, ਤੂੰ ਹੁਣ ਇੱਥੋਂ 2 ਆਰਡਰ ਹੋਰ ਦੇਣੇ, ਅਤੇ ਜੇਕਰ ਇੱਥੋਂ ਆਰਡਰ ਉੱਥੇ ਪੈ ਗਿਆ ਤਾਂ ਫਿਰ ਆਪਾਂ ਉਸ ਏਰੀਏ 'ਚ ਚੱਲ ਜਾਣਾ ਆਰਡਰ ਦੇਣ, ਤਾਂ ਟਾਈਮ ਨਹੀਂ ਖਰਾਬ ਕਰਦੇ ਆਪਾਂ, ਅੱਜ ਆਰਡਰ ਚੱਕਣ ਚੱਲਦੇ 2 ਜਿਹੜੇ ਪਏ ਆ। ਆਪਾਂ ਇਕੱਠੇ 2 ਆਰਡਰ ਪਏ ਸੀ, ਤਾਂ ਦੋਨੇ ਕੈਸ਼ ਆਰਡਰ ਨੇ, ਜੋ ਦੋਨੇ ਆਪਾਂ ਚੱਕ ਲਏ, ਅਤੇ ਇਹ ਹੈਗੇ ਆਪਣੇ 8ਵੇਂ 9ਵੇਂ ਆਰਡਰ, ਤਾਂ ਇਹਦੇ ਨਾਲ ਹੀ ਆਪਣੇ 9 ਆਰਡਰ ਡਨ ਹੋ ਜਾਣੇ, ਤਾਂ ਚਲੋ ਇਹਨਾਂ ਨੂੰ ਲੈ ਕੇ ਚੱਲਦੇ ਹਾਂ। ਜੋ ਕਿ ਚੱਕੀ ਇੱਥੋਂ ਪਤਾ ਨਹੀਂ ਕੀ ਲਿਖਿਆ ਹੋਇਆ, ਆਹ ਧੱਤ ਪੜ ਹੁੰਦਾ ਤਾਂ ਪੜ੍ਹ ਲਿਓ, ਪਰ ਇਹ ਗਰੀਕ 'ਚ ਲਿਖਿਆ, ਗਰੀਕ ਰੈਸਟੋਰੈਂਟਾਂ ਦੀ ਘੱਟੇ ਸਮਝ ਲੱਗਦੀ ਹੈ, ਤਾਂ ਚਲੋ ਚੱਲਦੇ ਹਾਂ ਇਹ ਲੈ ਕੇ। ਉਹ ਵੀ ਮੇਰੇ ਵੀਰਿਓ ਜਿਹੜਾ ਆਰਡਰ ਸੀਗਾ ਉਹ ਸੀਗਾ 10 ਯੂਰੋ ਦਾ, ਅਤੇ 2 ਯੂਰੋ ਉਹਨੇ ਟਿਪ ਦੇ ਦਿੱਤੀ ਆ, ਅਤੇ ਇਹਨਾਂ ਮੇਰੇ ਅੱਜ ਕੋਲਡ ਡਰਿੰਕਾਂ ਦਾ ਸਰ ਜਾਣਾ ਆ, ਅਤੇ ਜਿਹੜੇ ਮੈਂ ਕੋਲਡ ਡਰਿੰਕ ਅਤੇ ਪਾਣੀ 'ਤੇ ਪੈਸੇ ਖਰਚੇ ਉਹ ਮੇਰੇ ਹੋ ਗਏ ਆ ਜੀ ਪੂਰੇ, ਤਾਂ ਇਹ ਆ ਸਮਝ ਲਓ ਆਪਾਂ ਨੂੰ ਕੋਲਡ ਡਰਿੰਕ ਅਤੇ ਪਾਣੀ ਦੀ ਬੋਤਲ ਫ੍ਰੀ 'ਚ ਆ ਗਈ ਸੀ, ਤਾਂ ਚਲੋ ਅਗਲਾ ਆਰਡਰ ਦੇਣ ਚੱਲਦੇ ਵੀ ਕੈਸ਼ ਆ, ਦੇਖੋ ਉਹ ਕਿੰਨੀ ਟਿਪ ਦਿੰਦਾ ਜਾਂ ਨਹੀਂ। ਗਾਈਸ ਆਰਡਰ ਡਿਲੀਵਰ ਕਰਨ ਤੋਂ ਬਾਅਦ ਆਪਾਂ ਨੂੰ ਪੈ ਚੁੱਕਾ ਹੈ ਮੈਕਡੋਨਲ ਦਾ ਆਰਡਰ, ਤਾਂ ਉਹ ਵਿਚਾਰੇ ਕਸਟਮਰ ਨੇ ਕੋਈ ਟਿਪ ਨਹੀਂ ਦਿੱਤੀ, ਉਹ ਮਾਤੜ ਜਿਹਾ ਸੀ ਵਿਚਾਰਾ, ਮੈਨੂੰ ਤਾਂ ਆਪ ਤਰਸ ਆ ਗਿਆ ਉੱਤੇ, ਪਰ ਕੋਈ ਨਹੀਂ ਆਪਾਂ ਉਹਨੂੰ 10-20 ਸੈਂਟ ਛੱਡਤੇ, ਉਹ ਤੋਂ ਹੈ ਨਹੀਂ ਸੀ ਟੁੱਟੇ, ਤਾਂ ਮੈਕਡੋਨਲ ਤੋਂ ਵੀ ਇਕੱਠੇ 2 ਹੀ ਆਰਡਰ ਪਏ ਨੇ। ਠੀਕ ਆ, ਇਹ ਮੈਕਡੋਨਲ ਹੋਰ ਕੋਈ ਮੈਕਡੋਨਲ ਵੱਖਰਾ ਮੈਕਡੋਨਲ ਹੈ, ਚੈੱਕ ਕਰੋ ਇਹ ਵੀ ਬੜਾ ਵਧੀਆ, ਇੱਥੋਂ ਹੀ ਬੜੇ ਆਰਡਰ ਪੈਂਦੇ ਨੇ, ਤਾਂ ਚਲੋ ਅੱਜ ਆਰਡਰ ਚੱਕਣ ਚੱਲੀਏ। ਉਹ ਗਾਈਸ ਵੀ ਚੱਕ ਲਏ ਮੈਕਡੋਨਲ ਤੋਂ ਆਪਾਂ ਇਕੱਠੇ 2 ਆਰਡਰ, ਤਾਂ ਰੌਲਾ ਨਾ ਪਾਇਓ, ਇਹਨਾਂ ਦੇ ਆਪਾਂ ਆਰਡਰ ਬੜੇ ਖਾਧੇ ਜਿਹੜੇ ਕੈਂਸਲ ਹੋਏ ਆ, ਤਾਂ ਇਹ ਵੱਲ ਲੁਕੋ ਕੇ ਰੱਖਿਆ ਵੀ ਕੋਈ ਸੁਣ ਲੂ ਬੰਦਾ ਜਿਹਨਾਂ ਦੇ ਆਪਾਂ ਆਰਡਰ ਖਾਧੇ ਨੇ, ਤਾਂ ਹੁਣ ਪਰ ਕੰਮ ਛੱਡਤੇ, ਜਦੋਂ ਨਵੇਂ ਅਸੀਂ ਤਾਂ ਬਹੁਤ ਇਹ ਕੰਮ ਕੀਤੇ, ਤਾਂ ਹੁਣ ਅਸੀਂ ਹੱਕ ਦੀ ਕਮਾ ਕੇ ਖਾਈ ਦੀ ਆ, ਤਾਂ ਲਓ ਵੀ ਅਗਲਾ ਆਰਡਰ ਆਪਾਂ ਇੱਕ ਤਾਂ ਲਾਗੇ ਦੇਣਾ ਆ, ਤਾਂ ਇਹ ਦੇਣਾ ਆ 550 ਮੀਟਰ 'ਤੇ, ਅਤੇ ਦੂਜਾ ਪਤਾ ਨਹੀਂ ਬਾਅਦ 'ਚੋਂ ਦੇਖ ਰਹੇ ਹਾਂ, ਚਲੋ ਪਹਿਲਾਂ ਇਹ ਦੇ ਕੇ ਆਈਏ। ਜਿਹੜਾ ਮਤਲਬ ਕਿ ਮੈਕਡੋਨਲ ਦਾ ਆਰਡਰ ਦੇਣਾ ਸੀਗਾ, ਤਾਂ ਇਹ ਆਰਡਰ ਇੱਥੇ ਨਕੋਸ਼ੀਆ ਮਾਲ 'ਚ ਦੇਣਾ ਸੀਗਾ, ਤਾਂ ਦੂਜਾ ਆਰਡਰ ਸੀ ਜੋ ਕਿ ਨਕੋਸ਼ੀਆ ਮਾਲ 'ਚ ਦੇਣਾ ਸੀ, ਤਾਂ ਆਰਡਰ ਡਨ ਕਰਤਾ, ਤਾਂ ਮੈਂ ਸੋਚਿਆ ਵੀ ਚੱਲ 1 ਨੰਬਰ 'ਤੇ ਆਈਏ ਆਪਾਂ ਨੂੰ ਨਾਲ ਹੀ ਲੱਗਦੇ ਮਾਲ 'ਚ, ਤਾਂ ਆਇਆ ਫਾਇਦਾ ਚੱਕ ਲਈਏ, ਮੈਂ ਚਲਵਾ ਗਿਆ। ਇਸ ਨਾਲ ਹੀ ਆਪਾਂ ਨੂੰ ਪੈ ਚੁੱਕਾ ਜੀ ਨਕੋਸ਼ੀਆ ਮਾਲ ਦਾ ਆਰਡਰ, ਸੋ ਇੱਥੇ ਹੀ ਆਰਡਰ ਡਿਲੀਵਰ ਕੀਤਾ ਇੱਕ ਦੁਕਾਨ 'ਤੇ ਕੱਪੜਿਆਂ ਵਾਲੀ, ਅਤੇ ਨਾਲ ਹੀ ਆਪਾਂ ਨੂੰ ਅਗਲਾ ਆਰਡਰ ਪੈ ਚੁੱਕਾ ਨਕੋਸ਼ੀਆ ਮਾਲ ਦਾ ਹੀ, ਤਾਂ ਚਲੋ ਆਪਾਂ ਉਹ ਚੱਕਣ ਚੱਲਦੇ ਹਾਂ। ਸਟਾਰਬਕਸ ਦਾ ਆਰਡਰ ਆ, ਸੋ ਸਟਾਰਬਕਸ ਇੱਥੋਂ ਦੂਜੀ ਸਾਈਡ ਆ, ਅਤੇ ਤੁਰ ਕੇ ਆਪਾਂ ਚੱਲਦੇ ਹਾਂ ਸਟਾਰਬਕਸ ਤੋਂ ਆਰਡਰ ਚੱਕਣ, ਅਤੇ ਤੁਸੀਂ ਆਲੇ ਦੁਆਲੇ ਮਾਹੌਲ ਚੈੱਕ ਕਰੋ ਵੀ ਕਿਵੇਂ, ਇੱਥੇ ਰਸ਼ ਹੀ ਰਹਿੰਦਾ 24/7। ਠੀਕ ਆ, ਅਤੇ ਆਹ ਪਲਾਜ਼ਾ ਟੈਰਨੋਵਾ ਜਿੱਥੋਂ ਕੱਪੜੇ ਮਤਲਬ ਕਿ ਵਧੀਆ ਮਿਲਦੇ ਨੇ, ਬ੍ਰਾਂਡ ਮਿਲਦੇ ਨੇ, ਤਾਂ ਮੋਸਟ ਪ੍ਰੋਬਲੀ ਆਪਾਂ ਕੱਪੜੇ ਇੱਥੋਂ ਹੀ ਖਰੀਦਦੇ ਨੇ। ਠੀਕ ਆ, ਅਤੇ ਨਕੋਸ਼ੀਆ ਮਾਲ ਘਰ ਦੇ ਵੀ ਲਾਗੇ ਪੈਂਦਾ ਆਪਣੇ, ਤਾਂ ਉਹ ਜਾ ਕੇ ਸਟਾਰਬਕਸ ਮੇਰੀ ਰੂਮ ਹੋਣਗੇ ਚੈੱਕ ਕਰੋ, ਉਹ ਲਿਖਿਆ ਹੋਇਆ ਸਟਾਰਬਕਸ, ਆਪਾਂ ਉੱਥੇ ਜਾਣਾ, ਤਾਂ ਚਲੋ ਆ ਜਾਓ ਚੱਲਦੇ ਹਾਂ।
ਤੋਂ ਗਾਈਸ ਆਪਾਂ ਸਟਾਰਬਕਸ ਤੋਂ ਆਰਡਰ ਚੱਕ ਲਿਆ ਆ, ਠੀਕ ਆ, ਅਤੇ ਹੁਣ ਆਪਾਂ ਲੈ ਕੇ ਚੱਲੇ ਹਾਂ ਇਹ ਬਾਹਰ ਨੂੰ। ਸੋ ਤੁਹਾਨੂੰ ਦਿਖਾ ਦਈਏ ਕਿ ਆਹ ਪਬਲਿਕ ਆ ਜਿੱਥੋਂ ਮੈਂ ਆਪਣੇ ਦੋਨੇ ਫੋਨ ਬਾਏ ਕੀਤੇ, ਆਈਫੋਨ ਵੀ ਇੱਥੋਂ ਲਿਆ ਆ ਤਾਂ ਦੂਜਾ ਫੋਨ ਵੀ ਇੱਥੋਂ ਲਿਆ ਐਂਡਰੋਇਡ, ਤਾਂ ਇੱਥੋਂ ਵਧੀਆ ਰੇਟ 'ਤੇ ਅਤੇ 2 ਸਾਲ ਦੀ ਗਰੰਟੀ ਵੀ ਮੈਨੂੰ ਮਿਲੀ ਆ। ਤਾਂ ਇਹ ਔਡਰ ਆਪਾਂ ਲੈ ਕੇ ਚੱਲੀਏ ਕਿਉਂਕਿ ਸ਼ਿਫਟ ਨੂੰ ਵੀ ਆਪਣੇ ਨੂੰ 45 ਮਿੰਟ ਬਚੇ ਨਹੀਂ ਖਤਮ ਹੋਣ ਨੂੰ। ਸੋ ਮੇ ਬੀ ਇਹ ਤੋਂ ਬਾਅਦ ਇੱਕ ਹੋਰ ਔਡਰ ਪਊਗਾ, ਉਹ ਲਾਸਟ ਔਡਰ ਹੋਊਗਾ, ਤਾਂ ਟਾਈਮ ਨਹੀਂ ਖਰਾਬ ਕਰਦੇ ਹੋਏ ਆਪਾਂ ਇਹ ਔਡਰ ਲੈ ਕੇ ਚੱਲਦੇ ਹਾਂ। ਜੋ ਤੁਸੀਂ ਮੱਛੀਆਂ ਪਾਣੀ 'ਚ ਤਾਂ ਜ਼ਰੂਰ ਦੇਖੀਆਂ ਆਉਣਗੀਆਂ, ਆਕਟੋਪਸ ਪਾਣੀ 'ਚ, ਅਤੇ ਹੱਜ ਹਵਾ 'ਚ ਲਟਕਦੇ ਤੁਸੀਂ ਮੈਨੂੰ ਲੱਗਦਾ ਪਹਿਲੀ ਵਾਰ ਦੇਖ ਰਹੇ ਹੋਗੇ। ਇਹ ਬਸ ਸਾਈਪ੍ਰੈਸ 'ਚ ਹੀ ਹੁੰਦਾ ਵੀ ਮੱਛੀਆਂ ਮੁੱਛੀਆਂ ਸਾਰਾ ਕੁਛ ਹੀ ਬਾਹਰ ਹੀ ਤੁਰੇ ਫਿਰਦੇ ਨੇ, ਹਵਾ 'ਚ ਹੀ ਉੱਡਦੇ ਫਿਰਦੇ ਨੇ। ਮੌਲ 'ਚ ਹੀ ਹੁੰਦਾ, ਦੇਖੋ ਚੈੱਕ ਕਰੋ, ਸਾਰੇ ਤੋਂ ਖਰਾ ਬ੍ਰੈਂਡ ਤੁਹਾਨੂੰ ਇੱਥੇ ਮਿਲ ਜੂਗਾ। ਇਹ ਸਾਈਪ੍ਰੈਸ ਆ, ਇਹ ਅਜੂਬਾ ਇਹ, ਅਤੇ ਤੁਸੀਂ ਪਾਣੀ ਸਿਰਫ ਮੀਂਹ ਪੈਂਦਾ ਦੇਖਿਆ ਹੋਊਗਾ ਸਿਰਫ ਸਾਰੀ ਥਾਵਾਂ 'ਤੇ, ਠੀਕ ਆ, ਅਤੇ ਸਿਰਫ ਇਹ ਸਾਈਪ੍ਰੈਸ ਹੀ ਆ ਜਿਹੜੇ ਐ ਨਦੀ ਪੈਂਦੀ ਆ, ਠੀਕ ਆ, ਜਿੱਦਾਂ ਸੇਮੀਆਂ ਨਿਕਲਦੀਆਂ ਹੁੰਦੀਆਂ। ਆਹ ਚੈੱਕ ਕਰੋ ਪਾਣੀ ਦੀ ਧਾਰ, ਚੈੱਕ ਕਰੋ, ਦੇਖੋ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਹੋਇਆ, ਇਹਨੂੰ ਹੀ ਕਹਿੰਦੇ ਨੇ ਸਾਈਪ੍ਰੈਸ। ਓਕੇ ਗਾਈਸ, ਅਤੇ ਹੁਣ ਆਪਣਾ ਇਹ ਲਾਸਟ ਔਡਰ ਆ, ਤਾਂ ਜਿਹੜਾ ਔਡਰ ਉਹਨੇ ਆਪਾਂ ਚੱਕੇ ਨਕੋਸ਼ੀਆ ਮਾਲ ਤੋਂ ਦੇ ਦਿੱਤਾ, ਅਤੇ ਫਿਰ ਆਪਾਂ ਜਾ ਕੇ ਨਕੋਸ਼ੀਆ ਮਾਲ ਦਾ ਔਡਰ ਪੈ ਗਿਆ, ਜੋ ਕਿ ਦੇਣਾ ਮੌਲ ਆਫ ਸਾਈਪ੍ਰੈਸ 'ਚ। ਦੇਖੋ ਜੀ ਦੋਨਾਂ ਮਾਲਾਂ ਦੇ ਉਹ ਬਾਰਡਰ ਬਾਰ ਔਡਰ ਦੇਣ ਭੇਜਦੇ ਨੇ, ਐਂ ਦੁਖੀ ਕਰਦੇ ਨੇ, ਪਤਾ ਨਹੀਂ ਇਹਨਾਂ ਨੇ ਕੀ ਲੇਖਾ ਦੇਣਾ ਮੇਰਾ ਰੱਬ ਨੂੰ। ਚਲੋ ਆ ਜਾਓ ਚੱਲਦੇ ਔਡਰ ਚੱਕਣ। ਸੋ ਲੋਕ ਆ ਇਸ ਗਰਮੋ ਗਰਮੀ ਹੋ ਚੁੱਕੇ, ਤਾਂ ਆਪਾਂ ਪਹੁੰਚ ਚੁੱਕੇ ਫਿਰ ਮੌਲ। ਸੋ ਫਿਲਹਾਲ ਔਡਰ ਹਲੇ ਰੈਡੀ ਹੋ ਰਿਹਾ, ਤਾਂ ਆਪਣੇ ਘਰ ਦਹੀਂ ਮੁੱਕਾ ਸੀ ਤਾਂ ਮੈਂ ਕਿਹਾ ਵੀ ਮੌਲ 'ਚ ਆਏ ਹਾਂ ਤਾਂ ਫਿਲਹਾਲ ਇਹਦੇ ਵਿੱਚ ਸੁਪਰ ਮਾਰਕੀਟ ਹੁੰਦੇ ਆ, ਤਾਂ ਮਾਰਕੀਟ 'ਚ ਜਾ ਕੇ ਆਪਾਂ ਦਹੀਂ ਫੜ ਲਈਏ। ਸੋ ਜਦ ਤੱਕ ਔਡਰ ਰੈਡੀ ਹੁੰਦਾ ਤਾਂ ਆਪਾਂ ਦਹੀਂ ਚੱਕ ਲਿਆਉਣੇ ਆ ਜਾਓ ਜਾ ਕੇ ਮਾਰਕੀਟ 'ਚ। ਸੌਣ ਚੱਕੇ ਲਾਸਟ ਔਡਰ, ਅਤੇ ਦਹੀਂ ਤਾਂ ਆਪਾਂ ਲੈ ਲਿਆ, ਠੀਕ ਆ, ਮੌਲ 'ਚੋਂ, ਤਾਂ ਜਾ ਕੇ ਦਹੀਂ ਨਾਲ ਪਰੌਂਠੇ ਖਾਂਦੇ ਹਾਂ ਅਤੇ ਨਾਲੇ ਨਜ਼ਾਰੇ ਲੈਂਦੇ ਹਾਂ, ਪਹਿਲਾਂ ਔਡਰ ਦੇ ਆਈਏ ਲਾਸਟ ਵਾਲਾ। ਵਲੌਗ ਆ ਇਸ ਲਾਸਟ ਔਡਰ ਆਪਾਂ ਡਿਲੀਵਰ ਕਰਤਾ, ਉਹ ਪਿਛਲੇ ਘਰ 'ਚ ਆਹ ਵਾਲੇ 'ਚ ਨਹੀਂ ਕੀਤਾ ਕਿਉਂਕਿ ਕੱਚਾ ਘਰ ਆ ਬਣਦਾ, ਜੋ ਕਿ ਤਾਂ ਇਹ ਮਿੱਟੀ ਦਾ ਘਰ ਬਣਿਆ, ਦੇਖੋ ਕਿੱਦਾਂ ਦਾ ਆ। ਤਾਂ ਅੱਜ ਦਾ ਆਪਣਾ ਜਿਹੜਾ ਵਲੌਗ ਇੱਥੇ ਕਦੋਂ ਹੁੰਦਾ, ਤੁਹਾਨੂੰ ਮਿਲਦਾ ਇੱਕ ਹੋਰ ਨਵੇਂ ਵਲੌਗ 'ਚ। ਅਗਰ ਵੀਡੀਓ ਪਸੰਦ ਆ ਜਾਏ ਜ਼ਰੂਰ ਸਬਸਕ੍ਰਾਈਬ, ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਆਪਣੀ ਸ਼ਿਫਟ ਖਤਮ ਹੁੰਦੀ ਇੱਥੇ, ਅਤੇ ਹੁਣ ਆਪਾਂ ਘਰ 'ਚ ਆ ਕੇ ਦਹੀਂ ਨਾਲ ਖਾਂਦੇ ਹਾਂ ਪਰੌਂਠੇ। ਆ ਜਾਓ।